ਅੱਜ ਦੀ ਵੀਡੀਓ ਜੀ ਰੋਮਾਨੀਆ ਦੀ TRC ਕਾਰਡ ਅਤੇ ਰੋਮਾਨੀਆ ਦਾ ਜਿਹੜਾ ਆ ਪਰਮਾਨੈਂਟ ਰੈਜੀਡੈਂਸ ਕਾਰਡ ਜਿਹੜਾ 5 ਸਾਲ ਬਾਅਦ ਮਿਲਦਾ ਆ ਉਹਦੇ ਕੀ ਬੈਨੀਫਿਟ ਆ ਅਤੇ 1 ਸਾਲ ਵਾਲੀ ID ਉਹਦੇ ਕੀ ਬੈਨੀਫਿਟ ਆ ਅਤੇ ਇਹਦੇ ਬਾਰੇ ਥੋੜ੍ਹਾ ਦੱਸੂਗਾ ਮੈਂ ਅੱਜ। ਅਤੇ ਪਹਿਲੇ ਨੰਬਰ 'ਤੇ ਸਟਾਰਟ ਕਰਦੇ ਹਾਂ ਆਪਾਂ ਰੋਮਾਨੀਆ ਦੀ ਜਿਹੜੀ 1 ਸਾਲ ਵਾਲੀ TRC ਕਾਰਡ ਆ ਇਹਦਾ ਬਣਾਉਣ ਦਾ ਕੀ ਪ੍ਰੋਸੈਸ ਆ। ਜਦੋਂ ਅਸੀਂ ਇੰਡੀਆ ਤੋਂ ਆਉਂਦੇ ਹਾਂ ਜਾਂ ਪਾਕਿਸਤਾਨ ਤੋਂ ਕਿਸੇ ਵੀ ਕੰਟਰੀ ਤੋਂ ਆਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਇੱਥੇ ਇੱਕ ਵੀਜ਼ਾ ਲਗਵਾ ਕੇ ਆਉਂਦੇ ਆਪਾਂ ਇੰਡੀਆ ਤੋਂ। ਡੀ ਕੈਟਾਗਰੀ ਦਾ ਹੁੰਦਾ ਆ, ਡੀ ਕੈਟਾਗਰੀ AM ਵੀਜ਼ਾ ਹੁੰਦਾ ਆ, ਇੰਪਲੋਇਮੈਂਟ ਵਾਲਾ, ਇਹ ਲੌਂਗ ਸਟੇ ਵੀਜ਼ਾ ਹੁੰਦਾ ਆ। ਅਤੇ ਜਦੋਂ ਆਪਾਂ ਇੱਥੇ ਆ ਜਾਂਦੇ ਹਾਂ ਉਸ ਤੋਂ ਮਹੀਨੇ ਡੇਢ ਮਹੀਨੇ ਬਾਅਦ ਜਿਹੜਾ ਆ ਕੰਪਨੀ ਆ ਤੁਹਾਡੀ ਜਿਹੜੀ ID ਅਪਲਾਈ ਕਰਦੀ ਆ IGI ਆਫਿਸ ਦੇ ਵਿੱਚ, ਅਤੇ ਇਹਨੂੰ ਟਾਈਮ ਵੀ ਲੱਗ ਜਾਂਦਾ ਥੋੜ੍ਹਾ ਅੱਜ ਕੱਲ੍ਹ। ਫਿਰ ID ਅਪਲਾਈ ਕਰਨ ਤੋਂ ਬਾਅਦ ਤੁਹਾਨੂੰ 1 ਮਹੀਨੇ ਬਾਅਦ ਇਹ ਇੱਦਾਂ ਦੀ ID ਮਿਲਦੀ ਆ, ਇਹ 1 ਸਾਲ ਦੀ ID ਆ। ਅਤੇ ਇਹਦੇ ਕੀ ਕੀ ਬੈਨੀਫਿਟ ਆ, ਪਹਿਲਾਂ ਤਾਂ ਇਹਦੇ ਪਹਿਲਾ ਬੈਨੀਫਿਟ ਹੈਗਾ ਆ ਜੀ ਮੈਡੀਕਲ ਦਾ। ਜਦੋਂ ਤੁਸੀਂ ਇੱਥੇ ਆ ਜਾਂਦੇ ਆ 6 ਮਹੀਨੇ ਬਾਅਦ ਜਿਹੜਾ ਇਹ ਬੈਨੀਫਿਟ ਸਟਾਰਟ ਹੋ ਜਾਂਦਾ ਆ 6 ਟੈਕਸਾਂ ਤੋਂ ਬਾਅਦ। ਫਿਰ ਤੁਹਾਨੂੰ ਜਿਹੜਾ ਆ ਤੁਹਾਨੂੰ ਦਵਾਈਆਂ ਦੇ ਵਿੱਚ ਡਿਸਕਾਊਂਟ ਮਿਲਦਾ ਆ, ਤੁਹਾਡਾ ਜਿਹੜਾ ਇਲਾਜ ਆ ਉਹ ਫ੍ਰੀ ਹੁੰਦਾ ਆ, ਅਤੇ ਹੋਰ ਵੀ ਤੁਹਾਨੂੰ ਜਿਹੜੇ ਮੈਡੀਕਲ ਦੇ ਜਿਹੜੇ ਬੈਨੀਫਿਟ ਮਿਲਦੇ ਆ ਇੱਥੇ। ਅਤੇ ਦੂਜੇ ਨੰਬਰ 'ਤੇ ਤੁਹਾਡਾ ਬੈਨੀਫਿਟ ਹੈਗਾ ਜਦੋਂ ਤੁਹਾਨੂੰ ਇੱਥੇ ਰਹਿੰਦਿਆਂ ਨੂੰ 1 ਸਾਲ ਹੋ ਜਾਂਦਾ ਇਸ ID 'ਤੇ, ਤੁਸੀਂ ਜਿਹੜੀ ਆਪਣੀ ਫੈਮਿਲੀ ਆ ਉਹਨੂੰ ਇੱਥੇ ਰੋਮਾਨੀਆ ਦੇ ਵਿੱਚ ਸੱਦ ਸਕਦੇ ਆ। ਉਹਦੇ ਵਿੱਚ ਤੁਹਾਡੇ ਮੰਮੀ ਡੈਡੀ ਹੋ ਗਏ ਅਤੇ ਤੁਹਾਡੀ ਵਾਈਫ ਹੋ ਗਈ, ਤੁਹਾਡੇ ਬੱਚੇ, ਇਹਨਾਂ ਨੂੰ ਤੁਸੀਂ ਜਿਹੜਾ ਆ ਆਪਣਾ ਫੈਮਿਲੀ ਵਿੱਚ ਇੱਥੇ ਬੁਲਾ ਸਕਦੇ ਆ 1 ਸਾਲ ਬਾਅਦ। ਅਤੇ ਇਹ ਵੀ ਪ੍ਰੋਸੈਸ ਜਿਹੜਾ ਆ ਉਹ ਈਜ਼ੀ ਆ, ਮੈਂ ਔਲਰੇਡੀ ਇਹਦੀ 1 ਵੀਡੀਓ ਪਾਈ ਆ, ਤੁਸੀਂ ਦੇਖ ਸਕਦੇ ਆ। ਤੀਸਰਾ ਬੈਨੀਫਿਟ ਇਹਦਾ ਇਹ ਆ ਵੀ ਤੁਸੀਂ ਪੂਰੇ ਯੂਰਪ ਦੇ ਵਿੱਚ ਜਿੰਨੀਆਂ ਵੀ EU ਕੰਟਰੀ ਆ ਜਾਂ ਨੋਨ ਜਿਹੜੀਆਂ ਸ਼ੈਂਗਨ ਕੰਟਰੀਆਂ ਆ ਇਹਨਾਂ ਦੇ ਵਿੱਚ ਤੁਸੀਂ ਵਿਦਆਊਟ ਜਿਹੜਾ ਆ ਵੀਜ਼ਾ ਟ੍ਰਾਂਜਿਟ ਕਰ ਸਕਦੇ ਆ, ਇੰਟਰੀ ਨਹੀਂ ਸਿਰਫ ਟ੍ਰਾਂਜਿਟ 24 ਘੰਟੇ ਲਈ। ਜੇ ਬਾਈ ਚਾਂਸ ਤੁਸੀਂ ਇੱਥੋਂ ਜਰਮਨ ਜਾਣਾ, ਜਰਮਨ ਤੋਂ ਫਿਰ ਤੁਸੀਂ ਇੰਡੀਆ ਜਾਣਾ ਜਾਂ ਪਾਕਿਸਤਾਨ ਜਾਣਾ, ਜਿੱਥੇ ਤੁਹਾਨੂੰ ਫਲਾਈਟ ਜਿਹੜੀ ਆ ਮਿਲਦੀ ਆ ਸਸਤੀ ਮਿਲਦੀ ਆ, ਤਾਂ ਤੁਸੀਂ ਇੱਦਾਂ ਟ੍ਰਾਂਜਿਟ ਕਰ ਸਕਦੇ ਆ ਇਹਨਾਂ ਕੰਟਰੀਆਂ ਦੇ ਵਿੱਚ। ਬਟ ਜੇ ਸਾਤੋਂ ਇਹ ਰੈਜੀਡੈਂਸੀ ਜਿੱਦਾਂ ਨਹੀਂ ਹੈਗੀ ਅਤੇ ਸਾਨੂੰ ਇੰਡੀਆ ਵਾਲਿਆਂ ਨੂੰ ਜਿੱਦਾਂ ਇੰਗਲੈਂਡ ਜਾਣ ਲਈ ਵੀ ਜਿਹੜਾ ਆ ਉਹ ਟ੍ਰਾਂਜਿਟ ਵੀਜ਼ਾ ਲੈਣਾ ਪੈਂਦਾ ਆ, ਉਹ ਕੋਈ 43 ਪਾਉਂਡ ਦਾ ਆਉਂਦਾ ਆ, 43 ਪਾਉਂਡ ਦਾ। ਅਤੇ ਜੇ ਸਾਤੋਂ ਆ ID ਆ ਫਿਰ ਸਾਨੂੰ ਉਹ ਬਿਲਕੁਲ ਫ੍ਰੀ ਆ, 24 ਘੰਟੇ ਤੱਕ ਅਸੀਂ ਜਿਹੜਾ ਟ੍ਰਾਂਜਿਟ ਜਿਹੜਾ ਆ ਆਪਾਂ ਉੱਥੇ ਕਰ ਸਕਦਾ ਆ। ਮੈਂ ਔਲਰੇਡੀ 1 ਵਾਰ ਕੀਤਾ ਆ, ਇਸ ਲਈ ਇਹਦਾ ਇਹ ਵੀ 1 ਬੈਨੀਫਿਟ ਆ। ਸਾਨੂੰ ਜਿਹੜੀਆਂ ਫਲਾਈਟਾਂ ਆ ਬਾਇਆ ਇੰਗਲੈਂਡ ਜਾਂ ਬਾਇਆ ਜਰਮਨ ਜਿਹੜੀਆਂ ਉਹ ਸਸਤੀਆਂ ਪੈਂਦੀਆਂ ਆ ਬਾਕੀ ਏਅਰਪੋਰਟਾਂ ਨਾਲੋਂ। ਅਤੇ ਉਸ ਤੋਂ ਬਾਅਦ ਚੌਥਾ ਇਹਦਾ ਬੈਨੀਫਿਟ ਇਹ ਹੈਗਾ ਆ ਵੀ ਤੁਸੀਂ ਜਿਹੜੇ ਆ ਬਿਨਾਂ ਵੀਜ਼ੇ ਤੋਂ ਤੁਸੀਂ ਸਾਈਪਰਸ, ਕੁਰੇਸ਼ੀਆ ਅਤੇ ਆਪਣਾ ਬੁਲਗਾਰੀਆ ਤੁਸੀਂ ਜਾ ਸਕਦੇ ਆ ਬਿਨਾਂ ਵੀਜ਼ੇ ਤੋਂ, ਤੁਹਾਨੂੰ ਕੋਈ ਵੀਜ਼ਾ ਲੈਣ ਦੀ ਜ਼ਰੂਰਤ ਨਹੀਂ ਹੈਗੀ। ID ਦਿਖਾਓ ਬੋਰਡਰ 'ਤੇ ਤਾਂ ਪਾਸਪੋਰਟ ਦਿਖਾਓ, ਤੁਸੀਂ ਜਿਹੜਾ ਆ ਆਪਣਾ ਜਾ ਸਕਦੇ ਆ ਉੱਥੇ, ਈਜ਼ੀਲੀ ਜਾ ਸਕਦੇ ਆ। ਅਤੇ ਤੁਸੀਂ ਉੱਥੇ 90 ਦਿਨ ਤੱਕ ਰਹਿ ਸਕਦੇ ਆ। ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ ਜਿਹੜੀ ID ਆ ਇੱਕ ਬਣਦੀ ਹੈਗੀ ਆ 2 ਸਾਲ ਦੀ ID, ਇਹ ਵੀ ਸੇਮ ਵਰਕਰਾਂ ਲਈ ID, ਪਰ ਇਹ ਉਹ ਵਰਕਰ ਜਿਹੜੇ ਸਕਿੱਲਡ ਵਰਕਰ ਆ ਜਿੱਦਾਂ ਕੋਈ ਇੰਜੀਨੀਅਰ ਹੋ ਗਿਆ, ਡਾਕਟਰ ਹੋ ਗਿਆ ਜਾਂ ਕੋਈ ਰਿਸਰਚਰ ਆ, ਉਹਨਾਂ ਲਈ ਇੱਕ ਸਪੈਸ਼ਲ ID ਇੱਥੇ ਬਣਦੀ ਆ 2 ਸਾਲ ਦੀ। ਅਤੇ ਇਹਦੇ ਵਿੱਚ ਇੱਕ ਕੰਡੀਸ਼ਨ ਆ ਬਣਾਉਣ ਲੱਗਿਆ ਵੀ ਤੁਹਾਨੂੰ ਜਿਹੜੀ ਆ ਤੁਹਾਡੀ ਜਿਹੜੀ ਸੈਲਰੀ ਆ ਉਹ ਮਿਨੀਮਮ ਜਿਹੜੀ ਆ ਨਾ 2000 ਯੂਰੋ ਤੋਂ ਯੂਰੋ ਹੋਣੀ ਚਾਹੀਦੀ ਜਾਂ ਉਸ ਤੋਂ ਪਲੱਸ ਹੋਣੀ ਚਾਹੀਦੀ ਆ। ਅਤੇ ਉਹਦੇ ਵਿੱਚ ਵੀ ਸੇਮ ਬੈਨੀਫਿਟ ਇਹੀ ਆ, ਤੁਸੀਂ ਫੈਮਿਲੀ ਬੁਲਾ ਸਕਦੇ ਆ, ਮੈਡੀਕਲ ਹੋ ਗਿਆ, ਟ੍ਰਾਂਜਿਟ ਹੋ ਗਿਆ, ਅਤੇ ਇੰਨੀਆਂ ਜਿਹੜੀਆਂ ਫੈਸਿਲਿਟੀਆਂ ਇਹ ਮਿਲਦੀਆਂ ਆ। ਅਤੇ 1 ਸਾਲ ਵਾਲੀ ID ਦੇ ਵਿੱਚ ਇੱਕ ਹੋਰ ਫੈਸਿਲਿਟੀ ਆ, ਤੁਸੀਂ ਜਿਹੜੀ ਆ ਤੁਹਾਡੀ ਕੰਪਨੀ ਸਹੀ ਨਹੀਂ ਨਿਕਲਦੀ ਅਤੇ ਤੁਸੀਂ ਜਿਹੜੀ ਆਪਣੀ ਆ ਉਹ ਕੰਪਨੀ ਚੇਂਜ ਕਰ ਸਕਦੇ ਆ। ਅਤੇ ਇਹ ID ਜਿਹੜੀ ਆ ਸਿਰਫ ਕੰਪਨੀ 'ਤੇ ਡਿਪੈਂਡ ਹੁੰਦੀ ਆ ਵੈਸੇ ਤਾਂ, ਪਰ ਤੁਹਾਡੇ ਤੋਂ ਫਿਰ ਵੀ 90 ਦਿਨ ਹੁੰਦੇ ਆ ਕੋਈ ਹੋਰ ਕੰਪਨੀ ਲੱਭ ਕੇ ਉੱਥੇ ਦੁਬਾਰਾ ਤੋਂ ਫਿਰ ਤੁਸੀਂ ਇਹ ID ਜਿਹੜੀ ਆ ਅਪਲਾਈ ਕਰ ਸਕਦੇ ਆ। ਅਤੇ ਸੇਮ ਇਸੇ ਤਰ੍ਹਾਂ ਹੀ 2 ਸਾਲ ਵਾਲੀ ID ਹੁੰਦੀ ਆ। ਅਤੇ ਉਸ ਤੋਂ ਬਾਅਦ ਗੱਲ ਕਰਦੇ ਹਾਂ ਜੀ 5 ਸਾਲ ਵਾਲੀ ID।
ਜਿਹਨੂੰ ਪਰਮਾਨੈਂਟ ਰੈਜ਼ੀਡੈਂਸ ਕਾਰਡ ਵੀ ਬੋਲਦੇ ਆ ਰੋਮਾਨੀਆ ਦੇ ਵਿੱਚ। ਅਤੇ ਇਹਦੇ ਲਈ ਪਹਿਲਾਂ ਤਾਂ ਰਿਕੁਆਇਰਮੈਂਟ ਹੈਗੀ ਆ ਵੀ ਤੁਸੀਂ ਜਿਹੜਾ ਆ ਵੀ 5 ਸਾਲਾਂ ਦੇ ਵਿੱਚ 6 ਮਹੀਨੇ ਤੋਂ ਜ਼ਿਆਦਾ ਜਿਹੜਾ ਆ ਕੰਟਰੀ ਆਊਟ ਨਹੀਂ ਕੀਤੀ ਹੋਣੀ ਚਾਹੀਦੀ ਆ, ਅਤੇ ਯਾਨੀ ਕਿ 6 ਮਹੀਨੇ ਤੋਂ ਜ਼ਿਆਦਾ ਤੁਸੀਂ ਇੰਡੀਆ ਨਹੀਂ ਗਏ ਹੋਣੇ ਚਾਹੀਦੇ 5 ਸਾਲਾਂ ਦੇ ਵਿੱਚ। ਅਤੇ ਦੂਜੇ ਨੰਬਰ 'ਤੇ ਇਹਦੇ ਲਈ ਤੁਹਾਨੂੰ ਥੋੜ੍ਹੀ ਬਹੁਤੀ ਬੇਸਿਕ ਜਿਹੜੀ ਹੈਗੀ ਆ ਅਰਮੀਨੀਅਨ ਲੈਂਗੁਏਜ ਇਹ ਆਉਣੀ ਚਾਹੀਦੀ ਆ। ਅਤੇ ਇਹਦੇ ਬੈਨੀਫਿਟ ਹੈਗੇ ਆ ਸੇਮ ਉਹੀ ਜੋ ਪਹਿਲਾਂ 1 ਸਾਲ ਵਾਲੀ ਆਈਡੀ ਦੇ ਸੀਗੇ, ਤੁਹਾਨੂੰ ਮੈਡੀਕਲ ਫੈਸਿਲਿਟੀ ਮਿਲਦੀ ਆ, ਤੁਸੀਂ ਫੈਮਿਲੀ ਸੱਦ ਸਕਦੇ ਆ, ਏਅਰਪੋਰਟ ਟ੍ਰਾਂਜਿਟ ਕਰ ਸਕਦੇ ਆ। ਅਤੇ ਇਹਦੇ ਵਿੱਚ ਮੇਨ ਜਿਹੜਾ ਬੈਨੀਫਿਟ ਇਹ ਆ ਵੀ ਸਾਨੂੰ ਜਿਹੜੀ ਸਾਲ ਬਾਅਦ ਆ ਉਹ ਰੀਨਿਊ ਨਹੀਂ ਕਰਾਉਣੀ ਪੈਂਦੀ, ਅਤੇ ਇੱਕੋ ਆਈਡੀ ਇੱਕ ਵਾਰ ਮਿਲ ਜਾਂਦੀ ਆ ਅਤੇ ਫਿਰ ਉਹ ਚੱਲਦੀ ਰਹਿੰਦੀ ਆ। ਇਹਦੇ ਵਿੱਚ ਇਹ ਸਭ ਤੋਂ ਵੱਡਾ ਜਿਹੜਾ ਬੈਨੀਫਿਟ ਆ। ਪਰ ਇਹਦੇ ਲਈ ਕੰਮ ਤੁਹਾਡੇ ਤੋਂ ਹੋਣਾ ਚਾਹੀਦਾ ਆ, ਇਹ ਨਹੀਂ ਹੈਗਾ ਵੀ ਤੁਹਾਤੋਂ 10 ਸਾਲ ਆਪਣੇ 5 ਸਾਲ ਦੀ ਆਈਡੀ ਆ ਅਤੇ ਤੁਸੀਂ ਕੰਮ ਨਹੀਂ ਵੀ ਕਰਦੇ ਤਾਂ ਕੋਈ ਚੱਕਰ ਨਹੀਂ। ਜੇ ਤੁਸੀਂ ਇਸ 5 ਸਾਲ ਵਾਲੀ ਆਈਡੀ 'ਤੇ 6 ਮਹੀਨੇ ਤੋਂ ਜ਼ਿਆਦਾ ਤੁਸੀਂ ਰੋਮਾਨੀਆ ਤੋਂ ਬਾਹਰ ਰਹਿੰਦੇ ਆ ਅਤੇ ਇਹ ਜਿਹੜੀ ਆਈਡੀ ਹੈ ਕੈਂਸਲ ਹੋ ਜਾਣੀ ਉਹ ਆ 5 ਸਾਲ ਵਾਲੀ ਆਈਡੀ ਦੇ ਵਿੱਚ ਆ ਜਿਹੜਾ 6 ਮਹੀਨੇ ਤੋਂ ਬਾਅਦ ਜਿਹੜੀ ਕੈਂਸਲ ਹੋ ਜਾਂਦੀ ਆ, ਇਹ ਇੱਕ ਜਿਹੜਾ ਥੋੜ੍ਹਾ ਨੁਕਸਾਨ ਹੈਗਾ ਆ ਇਹਦੇ ਵਿੱਚ ਵੀ ਮੁੜ ਕੇ ਜਿਹੜੀ ਆਈਡੀ ਆ ਉਹ 1 ਸਾਲ ਦੀ ਬਣਦੀ ਆ। ਇਸ ਲਈ ਜੇ ਤੁਸੀਂ ਛੁੱਟੀ ਜਾਣਾ ਵੀ ਆ ਅਤੇ ਕੋਸ਼ਿਸ਼ ਕਰੋ ਤਾਂ ਤੁਸੀਂ ਜਿਹੜਾ ਆ ਉਹ 6 ਮਹੀਨੇ ਤੋਂ ਘੱਟ ਹੀ ਰਹਿ ਕੇ ਆਓ, ਅਤੇ ਜਿੰਨਾ ਤੁਹਾਡਾ ਜਿਹੜਾ ਕੰਟਰੈਕਟ ਵੀ ਚੱਲਦਾ ਰਹੇ ਤਾਂ ਤੁਹਾਡੀ ਜਿਹੜੀ ਆਈਡੀ ਵੀ ਇੱਦਾਂ ਹੀ ਰਹੇ, ਵੀ ਤੁਹਾਨੂੰ ਵਾਪਸ ਜਿਹੜਾ ਫਿਰ ਤੋਂ ਨਾ ਬਣਾਉਣੀ ਪਵੇ। ਅਤੇ ਜਦੋਂ ਅਸੀਂ ਇੰਡੀਆ ਤੋਂ ਆਏ ਸੀਗੇ ਉਸ ਟਾਈਮ ਸਾਨੂੰ ਵੀ ਇਹਨੇ ਨੌਲੇਜ ਨਹੀਂ ਸੀਗੀ, ਕਿਉਂਕਿ ਸਾਡੇ ਏਜੰਟ ਨੇ ਵੀ ਸਾਨੂੰ ਇਹ ਕਿਹਾ ਸੀਗਾ ਵੀ ਜਦੋਂ ਤੁਸੀਂ ਉੱਥੇ 5 ਸਾਲ ਪੂਰੇ ਕਰ ਲਏ ਤੁਹਾਨੂੰ ਪਰਮਾਨੈਂਟ ਰੈਜੀਡੈਂਸ ਮਿਲ ਜਾਣੀ ਆ, ਫਿਰ ਤੁਸੀਂ ਉੱਥੋਂ ਜਿਹੜੇ ਮਰਜ਼ੀ ਯੂਰਪੀਅਨ ਕੰਟਰੀ ਦੇ ਵਿੱਚ ਜਾ ਸਕਦੇ ਆ, ਤੁਹਾਨੂੰ ਵੀਜ਼ੇ ਦੀ ਜ਼ਰੂਰਤ ਨਹੀਂ ਹੈਗੀ, ਇੱਦਾਂ ਦਾ ਕੁਛ ਨਹੀਂ ਹੈਗਾ। 5 ਸਾਲ ਵਾਲੀ ਆਈਡੀ ਦੇ ਉੱਤੇ ਤੁਹਾਨੂੰ ਕੋਈ ਪਰਮਿਸ਼ਨ ਨਹੀਂ ਹੈਗੀ ਕਿਸੇ ਵੀ ਯੂਰਪੀਅਨ ਕੰਟਰੀ ਦੇ ਵਿੱਚ ਬਿਨਾਂ ਵੀਜ਼ੇ ਤੋਂ ਜਾਣ ਦੀ, ਤੁਹਾਨੂੰ ਉਹਦੇ ਲਈ ਵੀ ਤੁਹਾਨੂੰ ਵੀਜ਼ਾ ਲੈਣਾ ਪੈਣਾ ਆ। ਇਹਦਾ ਤੁਸੀਂ ਪਤਾ ਕਰਨ ਲਈ ਤੁਸੀਂ ਬੋਰਡਰ ਪੁਲਿਸ ਨੂੰ ਫੋਨ ਕਰ ਸਕਦੇ ਆ, ਆਪਣੀ ਆਈਡੀ ਜਿਹੜੀ ਆ ਉਹ ਸੈਂਡ ਕਰ ਸਕਦੇ ਆ, ਕਿਉਂਕਿ ਮੈਂ ਆਲਰੇਡੀ ਇਹ ਆਈਡੀ ਜਿਹੜੀ ਆ ਸੈਂਡ ਕੀਤੀ ਆ, ਆ ਤੁਸੀਂ ਦੇਖ ਸਕਦੇ ਆ। ਇਹ ਸਾਡੇ ਲਾਗੇ ਇੱਥੇ ਨੇਪਾਲੀ ਆ ਫੈਮਿਲੀ ਰਹਿੰਦੀ ਆ, ਉਹਨਾਂ ਨੂੰ ਇੱਥੇ ਰਹਿੰਦਿਆਂ ਨੂੰ 9 ਸਾਲ ਹੋ ਗਏ ਆ, ਉਹਨਾਂ ਤੋਂ ਵੀ ਪੁੱਛਿਆ ਫਿਰ ਉਹਨਾਂ ਨੇ ਆਪਣੀ ਆਈਡੀ ਦਿੱਤੀ ਵੀ ਆਈਡੀ ਜਿਹੜੀ ਆ ਇਹ ਬੋਰਡਰ ਪੁਲਿਸ ਨੂੰ ਭੇਜੀ, ਉਹਨਾਂ ਨੇ ਵੀ ਇਹੀ ਕਿਹਾ ਵੀ ਤੁਸੀਂ ਇਸ ਆਈਡੀ ਦੇ ਉੱਤੇ ਜਿਹੜਾ ਆ ਨਹੀਂ ਜਾ ਸਕਦੇ, ਤੁਹਾਨੂੰ ਵੀਜ਼ਾ ਲੈਣਾ ਪੈਣਾ ਆ। ਆ ਬੋਰਡਰ ਪੁਲਿਸ ਦਾ ਆ ਉਹਨਾਂ ਵੱਲੋਂ ਆ ਰਿਪਲਾਈ ਆਈ, ਇਹਦੇ ਵਿੱਚ ਵੀ ਸਾਫ਼ ਸਾਫ਼ ਲਿਖਿਆ ਆ ਵੀ ਤੁਸੀਂ ਜਿਹੜੀਆਂ 3 ਕੰਟਰੀਆਂ ਜਿਹੜੀਆਂ ਬੁਲਗਾਰੀਆ ਹੋ ਗਿਆ, ਕ੍ਰੋਏਸ਼ੀਆ ਹੋ ਗਿਆ ਅਤੇ ਸਾਈਪ੍ਰਸ ਤੋਂ ਇਲਾਵਾ ਬਾਕੀ ਜੇ ਕਿਸੇ ਹੋਰ ਸ਼ੰਗਨ ਕੰਟਰੀ ਦੇ ਵਿੱਚ ਜਾਣਾ ਆ ਤਾਂ ਤੁਹਾਨੂੰ ਜਿਹੜਾ ਆ ਵੀਜ਼ਾ ਲੈਣਾ ਪੈਣਾ ਆ। ਅਤੇ ਵੀਜ਼ੇ ਲਈ ਫਿਰ ਉਹੀ ਰਿਕੁਆਇਰਮੈਂਟ ਆ ਜਿਹਦੀ ਮੈਂ ਵੀਡੀਓ ਆਲਰੇਡੀ ਪਾਈ ਆ, ਤੁਸੀਂ ਦੇਖ ਸਕਦੇ ਆ ਵੀ ਉਹ ਜਿਹੜੀਆਂ ਰਿਕੁਆਇਰਮੈਂਟਾਂ ਪੂਰੀਆਂ ਕਰਨੀਆਂ ਪੈਣੀਆਂ 5 ਸਾਲ ਵਾਲੀ ਆਈਡੀ 'ਤੇ ਵੀ। ਅਤੇ ਕਈ ਬੰਦੇ ਸੀਗੇ ਜਦੋਂ ਅਸੀਂ ਨਵੇਂ ਨਵੇਂ ਆਏ ਸੀ ਤਾਂ ਉਹ ਕਹਿੰਦੇ ਸੀਗੇ ਇੱਥੇ ਵੀ ਜਿਹੜੇ ਪੁਰਾਣੇ ਰੋਮਾਨੀਆ ਦੇ ਵਿੱਚ ਬੰਦੇ ਰਹਿੰਦੇ ਆ ਵੀ ਅਸੀਂ ਜਾ ਸਕਦੇ ਹਾਂ 5 ਸਾਲ ਵਾਲੇ, ਪਰ ਨਹੀਂ ਜਾ ਸਕ, ਹੁਣ ਸਾਨੂੰ ਕਨਫਰਮ ਹੋ ਗਿਆ ਵੀ ਆਪਾਂ ਨਹੀਂ ਜਾ ਸਕਦੇ। ਸਿਰਫ ਉਹ ਬੰਦੇ ਜਾ ਸਕਦੇ ਆ ਜਿਨ੍ਹਾਂ ਦੇ ਕੋਲ 5 ਸਾਲ ਵਾਲੀ ਫੈਮਿਲੀ ਵਾਲੀ ਆਈਡੀ ਆ। ਫੈਮਿਲੀ ਵਾਲੀ ਆਈਡੀ ਇੱਦਾਂ ਜਿੱਦਾਂ ਕਿ ਜਿਨ੍ਹਾਂ ਦੇ ਹਸਬੈਂਡ ਜਿੱਦਾਂ ਰੋਮਾਨੀ ਆ ਜਾਂ ਉਹਨਾਂ ਦੀ ਵਾਈਫ ਜਿਹੜੀ ਆ ਉਹ ਰੋਮਾਨੀ ਆ, ਅਤੇ ਉਹਨਾਂ ਦੇ ਬੇਸ 'ਤੇ ਜਿਹੜੇ ਫੈਮਿਲੀ ਦਾ ਆਈਡੀ ਬਣਦੀ ਆ ਉਹਦੇ ਥੱਲੇ ਲਿਖਿਆ ਹੁੰਦਾ ਆ ਫੈਮਿਲੀ ਮੈਂਬਰ, ਅਤੇ ਉਹ ਆਈਡੀ ਦੇ ਉੱਤੇ ਤੁਸੀਂ ਜਾ ਸਕਦੇ ਆ ਪੂਰੇ ਯੂਰਪ ਦੇ ਵਿੱਚ ਬਿਨਾਂ ਵੀਜ਼ੇ ਤੋਂ। ਪਰ ਉਹਦੇ ਵਿੱਚ ਵੀ ਤੁਹਾਨੂੰ ਆਪਣਾ ਜਿਹੜਾ ਆ ਪਾਰਟਨਰ ਜਿਹੜਾ ਆਪਣਾ ਹਸਬੈਂਡ ਹੋ ਗਿਆ ਜਾਂ ਵਾਈਫ ਹੋ ਗਿਆ ਆਪਣੇ ਜਿਹੜੇ ਪਾਰਟਨਰ ਨੂੰ ਨਾਲ ਲੈ ਕੇ ਜਾਣਾ ਪੈਣਾ ਤੁਹਾਨੂੰ। ਅਤੇ ਉਸ ਤੋਂ ਬਾਅਦ ਆ ਜਾਂਦੀ ਆ ਤੁਹਾਡੀ ਸਿਟੀਜ਼ਨਸ਼ਿਪ ਜਿਹੜੀ ਆ, ਇਹ ਮਿਲਦੀ ਹੈਗੀ ਰੋਮਾਨੀਆ ਦੇ ਵਿੱਚ 8 ਸਾਲ ਬਾਅਦ ਜਦੋਂ ਤੁਸੀਂ ਲੀਗਲ ਤੌਰ 'ਤੇ 8 ਸਾਲ ਇੱਥੇ ਰਹਿੰਦੇ ਆ ਰੋਮਾਨੀਆ ਦੇ ਵਿੱਚ, ਅਤੇ ਉਸ ਤੋਂ ਬਾਅਦ ਤੁਸੀਂ ਜਿਹੜੀ ਆ ਇਹ ਸਿਟੀਜ਼ਨਸ਼ਿਪ ਜਿਹੜੀ ਅਪਲਾਈ ਕਰ ਸਕਦੇ ਆ। ਅਤੇ ਉਹਦੇ ਲਈ ਵੀ ਰਿਕੁਆਇਰਮੈਂਟ ਆ ਥੋੜ੍ਹੀ, ਤੁਹਾਨੂੰ ਲੈਂਗੁਏਜ ਲਿਖਣੀ ਆਉਣੀ ਚਾਹੀਦੀ ਆ, ਬੋਲਣੀ ਆਉਣੀ ਚਾਹੀਦੀ ਆ, ਤੁਹਾਨੂੰ ਇਹਦੀ ਹਿਸਟਰੀ ਪਤਾ ਹੋਣੀ ਚਾਹੀਦੀ ਆ, ਤੁਹਾਨੂੰ ਰੋਮਾਨੀਆ ਦੇ ਬਾਰੇ ਜਨਰਲ ਨੌਲੇਜ ਚਾਹੀਦੀ ਆ, ਯਾਨੀ ਕਿ ਜਿੱਦਾਂ ਆਪਣੇ ਵੀ ਹੈਗਾ ਆ ਵੀ ਆਪਣੇ ਪੰਜਾਬ 'ਚ ਕਿੰਨੀਆਂ ਸਟੇਟਾਂ ਆ, ਜਿੱਦਾਂ ਇੰਡੀਆ ਦੇ ਵਿੱਚ ਟੋਟਲ ਕਿੰਨੇ ਸਟੇਟ ਆ, ਕਿੰਨੇ ਪੰਜਾਬ 'ਚ ਜ਼ਿਲ੍ਹੇ ਆ, ਇੱਦਾਂ ਨੋਰਮਲ ਜਿਹੜੀ
इनफॉर्मेशन तुहानू होनी चाहिए, तुहानू नॉलेज होनी चाहिए इहदे बारे सारा कुछ वी रोमानिया दे बारे। तो ये जिहड़ा आ टैसट भी हुंदा इत्थे जो तुसीं अप्लाई करदे आ अपनी सिटीजनशिप। ऑलरेडी इत्थे जिहड़े नेपाली इन्हां ने भी अप्लाई कीता सी पर इन्हां दा जिहड़े आ एक्सैप्ट नहीं किया, उन्होंने फाइल जी रिजैक्ट कर दी क्योंकि उन्होंने थोड़ी जी रोमेनियन थोड़ी वीक सी, क्योंकि ये जी रोमेनियन आ ये जानी जे जब 10 नंबर चो आप करिए घट्टो घट तू 7 या 8 नंबर की रोमेनियन जी होनी चाहिए आ भी तुसी किसी ना भी गल चंगी तरह कर सकते हैं, तुसी रोमेनियन पढ़ सकते हैं, तुसी लिख सकते हैं, इन्नी तू होनी चाहिए आ फिर तुसी एलीजिबल होंगे आ ये सिटीजनशिप लई। तो जे तुहानू सिटीजनशिप मिलती है तो उस तो बाद रोमेनियन पासपोर्ट आ ये उत्ते 170 कंट्रियां जिहड़ियां प्लस कंट्रियां जिहड़ियां तुसी बिना वीजे ते जा सकते हैं। तो बाकी जिहड़ियां आईडियां साढ़े तो आ असी कम करन आए हैं तो असी सिर्फ इतने काम ही कर सकते हैं, जे तुसी कहोगे उहदे ते तुसी आपां गांह निकल के कुछ अगे चल जावांगे तो इदां दा नहीं होना, वो सिर्फ पासपोर्ट ते होना है जिहड़ा कि 8-9 साल बाद मिलना है। तो बाकी रोमानिया नालों पुर्तगाल थोड़ा बेस्ट आ, पुर्तगाल दे विच 5 साल दे विच ही किसी नूं 6 साल दे विच जिहड़ा पासपोर्ट मिल जांदा आ, ते उहदी जिहड़ी आई डी आ उहदे तुसीं कितें भी जा सकते हैं, उहदे थोड़े ज़्यादा बेनीफिट आ क्योंकि वह शनगन दे विच आ। सो ये इन्नी क वीडियो सीगी, जे चंगी लगी लाइक तो शेयर जरूर करियो, तो तुसीं भी दस्यो भी तुहानूं ये रोमानिया सही लग्या जां पुर्तगाल सही आ, इन्हां दोनों दे विचों किहड़ी कंट्री तुहानूं सही लगती आ, क्योंकि जे तुसीं इत्थे सैटिंग करनी आ ते तुहानूं घट्टो घट इत्थे 8 तों 10 साल इत्थे काम करना पैना, उस तो बाद ही तुहानूं जिहड़ी आ इत्थे दी सिटीजनशिप मिलनी आ। ते सो इन्नी वीडियो सीगी, लाइक ते शेयर जरूर करियो, ते मेरा जिहड़ा चैनल आ इहनूं सबसक्राइब जरूर करियो, ते नैक्सट वीडियो मैं पाऊँगा तुसीं अपनी रोमानिया दे विच आई डी कदा बना सकते हैं आप, क्योंकि मैं ऑलरेडी मेरी जिहड़ी आई डी आ वो थोड़े दिनों तक एक्सपायर होने वाली है, तो वह जो भी प्रोसैस है वह मैं आप करने वाला हाँ, उस ते मैं पूरा दसूँगा भी मैं कदा कदा अपनी जिहड़ी आई डी अप्लाई की, कि डाकूमेंट मेरे लगे, कि मेरी फीस लगी, वो बारे सारा कुछ मैं दसूँगा। सो मेरी नैक्सट वीडियो तुहानू पूरी डिटेल ना भी ये दसूँगा थोड़ा भी तुसीं कदा बना सकते हैं आई डी। सो वीडियो नू लाइक ते शेयर जरूर करियो, थैंक यू।